ਮੇਰਾ ਘਰ ਵਾਲਾ ਜਿਹੜਾ ਕੋਈ ਕੰਮ ਨਹੀਂ ਕਰ ਸਕਿਆ ਨਾ, ਇਹਨੇ ਕੀ ਕਰਨਾ? ਇੱਕ ਬਾਂਹ ਆਉਂਦੀ, ਇਹਨੇ ਕੀ ਕਰ ਸਕਣਾ? ਕੁਦੇ ਧੜੀ ਨਹੀਂ ਲੱਗਦੀ, ਕੁਦੇ ਕੁਛ ਨਹੀਂ, ਸਾਰਾ ਕੰਮ ਆਪੂ ਕਰਨਾ ਪੈਂਦਾ। ਬਿਜਲੀ ਸ਼ਾਰਟ 11 ਕੇ ਵੀ ਵਜੀ ਸੀ ਤੋ ਜਿਸ ਕੇ ਕਾਰਨ ਮੇਰਾ ਜੇ ਬਾਜੂ ਚਲਾ ਗਿਆ। ਤੋ ਆਖਣਾ ਚਾਹੁੰਦਾ ਕਿ ਬਿਜਲੀ ਡਿਪਾਰਟਮੈਂਟ ਨੇ ਕੁਛ ਵੀ ਮੇਰਾ ਮਸਲਾ ਹੱਲ ਕੀਤਾ ਕਿ ਮੈਂ ਨੀਡ ਬੇਸਿਸ ਰੱਖਾ ਹਾਂ ਡੇਲੀ ਵੇਜਰ, ਅਤੇ ਜਨਾਬ ਮੈਂ ਜੇਈ AW ਕੋਲ ਐਕਸਲ DU ਕੋਲ ਵੀ ਗਿਆ ਅਤੇ ਬੜੀ ਰਿਕੁਐਸਟਾਂ ਕੀਤੀਆਂ ਜਨਾਬ ਮੇਰਾ। ਹਾਂ ਜੀ, ਕੋਈ ਥੋੜ੍ਹੀ ਫਾਇਲ ਦਿੱਤੀ ਅੱਗੇ ਮਹਾਰਾਜ ਹੋ ਜਾਣਾ ਕੰਮ। ਅੱਜ ਦਿਨ ਤੱਕ ਜੇ 20 ਸਾਲ ਹੋਈ ਹੈ ਮਹਾਰਾਜ, ਅੱਜ ਕਰਨੇ, ਕੱਲ੍ਹ ਕਰਨੇ, ਪਰਸੋਂ ਕਰਨੇ, ਮਹਾਰਾਜ ਕੋਈ ਕੰਮ ਨਹੀਂ ਕੀਤਾ ਹਨ। ਮੇਰਾ ਨਾਮ ਅੱਖਣੀ ਦੇਵੀ, ਮੈਂ ਗਊਂ ਜੋ ਫੜੇ ਇਆਂ ਆਦੇ ਕਿ ਕੀ ਕਰਨਾ। ਥਾਰਾ ਥਾਰਾ ਅਸ ਪੜ ਕੇ ਥਾਰਾ ਥਾਰਾ ਗਏ, ਕੁਛ ਨਹੀਂ ਕੁਛ ਸੋਚਿਆ, ਕੁਛ ਨਹੀਂ ਕੁਛ ਕੀਤਾ। ਔਰ ਬਿਜਲੀ ਸ਼ਾਰਟ ਵੱਜੀ, 20 ਸਾਲ ਹੋਏ ਬਿਜਲੀ ਸ਼ਾਰਟ ਵੱਜੀ ਸੀ। ਜਿਸਲੇ ਖੰਭਰਾ ਪਏ ਹੈ, ਆਪੂ ਇਲਾਜ ਕਰਾਇਆ, ਆਪੂ ਸਾਰਾ ਕੁਛ ਕਰਾਇਆ, ਕੁਛ ਨਹੀਂ ਕੁਛ ਵੀ ਕੀਤਾ, ਨਹੀਂ ਸੋਚਿਆ ਕੁਛ ਹੈ ਇਹਦੇ ਬਾਰੇ ਸੋਚਣੇ ਕੁਛ, ਆਪੂ ਸਭ ਕੁਛ ਕੀਤਾ। ਫਿਰ ਅਗਰ ਗਏ ਅਸ ਸਾਰੇ ਗਏ ਦਫ਼ਤਰਾਂ, ਬਿਜਲੀਆਂ ਦਫ਼ਤਰਾਂ ਸਾਰੇ ਗਏ, ਕਹਿੰਦੇ ਅੱਜ ਕਰਨੇ ਕੱਲ੍ਹ ਕਰਨੇ, ਕੁਛ ਨਹੀਂ ਕੁਛ ਸੋਚਿਆ। ਬਿਜਲੀ ਡਿਪਾਰਟਮੈਂਟ ਪੱਕੇ ਨਹੀਂ ਆ, ਕੱਚੇ ਜਿਹੇ ਡੇਲੀ ਵਿੱਚ ਰਹੇ ਡਿਪਾਰਟਮੈਂਟ ਦੀ ਤਰਫੋਂ ਕੋਈ ਮਦਦ ਨਾ, ਕੋਈ ਮਦਦ ਨਹੀਂ ਮਿਲੀ। ਇਹ ਕਿੰਨੀ ਦੇਰ ਹੋਈ ਨੇ? ਇਹ ਹੋਈ ਗਈ ਕੋਈ 20 ਸਾਲ। ਅਸੀਂ ਇਹ ਡਿਮਾਂਡ ਕਰਨਾ ਚਾਹੁੰਦੇ ਕਿ ਅਸੀਂ ਕੁਛ ਨਹੀਂ ਕੁਛ ਹੱਲ ਕੀਤਾ ਜਾ ਮੇਰਾ ਪਰਿਵਾਰ ਦਾ, ਔਰ ਮੇਰਾ ਘਰ ਵਾਲਾ ਜਿਹੜਾ ਕੋਈ ਕੰਮ ਨਹੀਂ ਕਰ ਸਕਦੇ ਹਨ, ਇਹਨੇ ਕੀ ਕਰਨਾ? ਇੱਕ ਬਾਂਹ ਆਉਂਦੀ, ਇਹਨੇ ਕੀ ਕਰ ਸਕਣਾ? ਕੁਦੇ ਧੜੀ ਨਹੀਂ ਲੱਗਦੀ, ਕੁਦੇ ਕੁਛ ਨਹੀਂ, ਸਾਰਾ ਕੰਮ ਆਪੂ ਕਰਨਾ ਪੈਂਦਾ, ਕੋਈ ਕੁਛ ਨਹੀਂ ਕਰ ਸਕਦੇ ਹਨ, ਕੀ ਕਰਨਾ? ਪਰਿਵਾਰ ਦੀ ਦੇਖਭਾਲ ਕੀ ਆ, ਰਹਿਣ ਬਸਰ ਕੀ ਹੋਵੇ ਤੁਹਾਡਾ ਪਰਿਵਾਰ? ਕੁਦੇ ਬੜੀ ਮੁਸ਼ਕਲ ਕਰਨਾ, ਕੁਦੇ ਇੱਕ ਦੁਕਾਨ ਰੱਖੀ ਤੇ ਉਹਦੇ ਸਿਰੇ ਦਾ ਚਲੋ ਚਲਾਉਂਦੇ, ਚਾਰ ਪੈਸੇ ਬਣਾਉਂਦੇ ਦਾ, ਕੁਦੇ ਉਹ ਵੀ ਚੁੱਕੇ ਲਿੱਤੇ ਮੈਂ ਪੈਸੇ, ਲੋਨ ਲਿੱਤਾ। ਹਾਂਜੀ, ਬੱਚੇ ਤਰ੍ਹਾਂ ਲੋਨ ਲਿੱਤਾ, ਲੋਨ ਲੈ ਕੇ ਕਿੰਨਾ ਸਰਕਲ ਚਲਾਉਣਾ? ਉਹ ਡੈਡੀ ਕੁਦੇ ਚਲੋ ਖਰਚਾ ਪਾਣੀ ਦੇ ਉੱਠਦੇ ਥੋੜ੍ਹਾ ਬਹੁਤ, ਕਿਵੇਂ ਕਰਨਾ ਗੁਜ਼ਾਰਾ? ਬੱਚੇ ਪੜ੍ਹਾ ਦੇਣਗੇ? ਹਾਂ, ਬੱਚੇ ਪੜ੍ਹਦੇ ਸਰਕਾਰੀ ਸਕੂਲ ਗੌਰਮੈਂਟ, ਕੀ ਕਰਨਾ? ਕੋਈ ਨਹੀਂ ਕਰ ਸਕਦਾ, ਬੱਚੇ ਕਿਵੇਂ ਪਾਲ ਲੈਣੇ, ਕਿਵੇਂ ਗੁਜ਼ਾਰਾ ਕਰਨਾ? ਡੀਸੀ ਮੈਡਮ ਹੁੰਦੇ ਕਰਨੇ ਮਿਲ ਗਏ ਤੇ ਕੀ ਡਿਮਾਂਡ ਰੱਖਦੇ? ਅਸੀਂ ਇੱਕੇ ਡਿਮਾਂਡ ਕਰਨਾ ਚਾਹੁੰਦੇ ਕਿ ਸਾਡਾ ਕੋਈ ਨਹੀਂ ਕੋਈ ਹੱਲ ਕੀਤਾ ਜਾ, ਕੋਈ ਨਹੀਂ ਕੋਈ, ਅਸੀਂ ਬੜੇ ਥਾਰਿਆਂ ਪੜ੍ਹ ਕੇ ਨਾ, ਸਾਡਾ ਕਿਸ਼ ਨਹੀਂ ਕਿਸ਼ਾ ਹੱਲ ਕੀਤਾ ਜਾ। ਸਾਡੇ ਬੱਚੇ ਪਰਿਵਾਰ ਮੇਰਾ ਬਹੁਤ ਦੁਖੀ, ਅਸ ਬਹੁਤ ਦੁਖੀ ਨੇ, ਇਹਦੇ ਕੋਲਾਂ ਕਿਸ਼ ਨਹੀਂ ਕਿਸ਼ ਕਰਗਣ ਤਾਂ ਠੀਕ ਹੈ, ਨਹੀਂ ਤਾਂ ਨਹੀਂ, ਬੜਾ ਮੁਸ਼ਕਲ ਹੈ ਕਰਨਾ। ਕਿਵੇਂ ਕਰਕੇ ਅਸ ਗੁਜ਼ਾਰਾ, ਕਿਵੇਂ ਕੀ ਕਰਕੇ, ਕਿਵੇਂ ਪਰਿਵਾਰ ਪਾਲ ਗਏ? ਲਗਭਗ ਕਿੰਨੀ ਦੇਰ ਹੋਈ ਜਾਂਦਾ ਇਹ ਹਾਸਾ ਹੋਏ? ਇਹ 20 ਸਾਲ ਹੋਏ ਹਾਸਾ ਹੋਏ, 17 ਸਾਲ ਸਾਡੇ ਮੇਰਾ ਵਿਆਹ ਹੋਇਆ ਹੋਏ, ਇਹਨੇ ਮੇਰਾ ਘਰ ਵਾਲਾ ਕੁਛ ਨਹੀਂ ਕੀਤਾ, ਮੇਰੇ ਜਿਹੜੇ ਘਰ ਵਾਲੇ ਨੇ ਮੇਰੇ ਦੇਰ ਜੇਠ, ਉਹਨੇ ਕੁਛ ਨਹੀਂ ਸੋਚਿਆ, ਨਹੀਂ ਕੀਤਾ ਕੁਛ, ਕੁਛ ਨਹੀਂ ਕੀਤਾ ਕੁਛ, ਤਾਂ ਇਵੇਂ ਗਏ ਨਹੀਂ। ਡੈਡੀਆ ਬੋਲਿਆ ਕਿ ਕੋਈ ਨਹੀਂ ਕੋਈ ਹੱਲ ਕਰਨੇ, ਉਹਨੇ ਵੀ ਨਹੀਂ ਜਨੋਇਆ ਘਰ ਦਾ, ਕੀ ਕਰਨਾ? ਫਿਰ ਬੜਾ ਮੁਸ਼ਕਲ ਹੋ ਜਾਂਦਾ, ਕਿਵੇਂ ਕੁਛ ਬੋਲਣਾ, ਕੁਛ ਕੋਈ ਨਹੀਂ ਬੋਲਿਆ। ਇਸ ਕੋਲੋਂ ਪਹਿਲੇ ਤੁਸੀਂ ਕਦੇ ਕਿਸੇ ਕੋਲ ਅਫਸਰ ਕੋਲ ਨਹੀਂ ਗਏ? ਅਫਸਰ ਕੋਲ ਗਏ ਥੇ ਪਹਿਲਾਂ, ਦੋ ਤਰੇ ਵਾਰੀ ਗਏ ਮੇਰਾ ਘਰ ਵਾਲਾ, ਦੋ ਤਰੇ ਵਾਰੀ ਗਏ, ਫਿਰ ਕੁਛ ਨਹੀਂ ਹੋਇਆ। ਮੈਂ ਰਾਜ ਕੁਮਾਰ ਸ਼ਰਮਾ, ਗਾਓ ਜੋਫੜ ਕਾ ਰਹਿਣੇ ਵਾਲਾ ਹੂੰ। ਮੁਝੇ ਬਿਜਲੀ ਸ਼ਾਰਟ 11 ਕੇ ਵੀ ਵਜੀ ਸੀ ਤੋ ਜਿਸ ਕੇ ਕਾਰਨ ਮੇਰਾ ਜੇ ਬਾਜੂ ਚਲਾ ਗਿਆ। ਤੋ ਆਖਣਾ ਚਾਹੁੰਦਾ ਕਿ ਬਿਜਲੀ ਡਿਪਾਰਟਮੈਂਟ ਨੇ ਕੁਛ ਵੀ ਮੇਰਾ ਮਸਲਾ ਹੱਲ ਕੀਤਾ ਕਿ ਮੈਂ ਨੀਡ ਬੇਸਿਸ ਰੱਖਾ ਹਾਂ ਡੇਲੀ ਵੇਜਰ, ਅਤੇ ਜਨਾਬ ਮੈਂ ਜੇਈ AW ਕੋਲ ਐਕਸਲ DU ਕੋਲ ਵੀ ਗਿਆ ਅਤੇ ਬੜੀ ਰਿਕੁਐਸਟਾਂ ਕੀਤੀਆਂ ਜਨਾਬ ਮੇਰਾ। ਹਾਂ ਜੀ, ਕੋਈ ਥੋੜ੍ਹੀ ਫਾਇਲ ਦਿੱਤੀ ਅੱਗੇ ਮਹਾਰਾਜ ਹੋ ਜਾਣਾ ਕੰਮ। ਅੱਜ ਦਿਨ ਤੱਕ ਜੇ 20 ਸਾਲ ਹੋਈ ਹੈ ਮਹਾਰਾਜ, ਅੱਜ ਕਰਨੇ, ਕੱਲ੍ਹ ਕਰਨੇ, ਪਰਸੋਂ ਕਰਨੇ, ਮਹਾਰਾਜ ਕੋਈ ਕੰਮ ਨਹੀਂ ਕੀਤਾ ਹਨ।
ਅਤੇ ਮੈਂ ਵੀ ਬਿਜਲੀ ਡਿਪਾਰਟਮੈਂਟ ਗਈ, ਵੀ ਇਹ ਆਖਣਾ ਚਾਹੁੰਦਾ ਕਿ ਮੇਰਾ ਮਸਲਾ ਜਲਦ ਕੋਲ ਜਲਦ ਜਿਹੜਾ ਹੱਲ ਕਰੋ, ਤਾਂ ਕਿ ਮੇਰੇ ਨਿੱਕੇ ਨਿੱਕੇ ਬੱਚੇ, ਤਰੇ ਬੱਚੇ ਕਿਵੇਂ ਪਾਲ ਲੈਣ, ਅਤੇ ਉਹ ਬੜਾ ਮੁਸ਼ਕਿਲ ਹੈ। ਮੈਂ ਘਰ ਖੇਤੀਬਾੜੀ ਦਾ ਕੰਮ ਮੈਂ ਨਹੀਂ ਕਰ ਸਕਦਾ, ਕੋਈ ਜ਼ਿੰਮੇਵਾਰੀ ਮੈਂ ਨਹੀਂ ਕਰ ਸਕਦਾ, ਮਾਰਾ ਬੜੀ ਮੁਸ਼ਕਿਲ ਹੈ, ਮੈਂ ਇੰਨੀ ਮੁਸ਼ਕਿਲ ਹੈ ਕਿ ਮੇਰਾ ਸਰੀਰ ਪੂਰਾ ਕੰਮ ਨਹੀਂ ਕਰ ਸਕਦਾ, ਮੇਰਾ ਇੱਕ ਹੱਥ ਹੈ ਅਤੇ ਇਹ ਵੀ ਪੂਰਾ ਗੈਰ ਹੈ, ਜਿਹਦੀ ਤਰ੍ਹਾਂ ਪੋਟੂ ਨਹੀਂ ਹੈ ਕਿ ਇਹ ਵੀ ਰੋਟੀ ਖਾਣੇ ਚਿਮਚੇ ਰੋਟੀ ਖਾਣਾ ਹੂੰ, ਬੜੀ ਮੁਸ਼ਕਿਲ ਕਰਨੇ। ਅਤੇ ਜਨਾਬ ਦਾ ਗੁਜ਼ਾਰਿਸ਼ ਹੈ ਕਿ ਜਲਦ ਕੋਲੋਂ ਜਲਦ ਜੇ ਘਰ ਬਿਜਲੀ ਡਿਪਾਰਟਮੈਂਟ ਮੇਰੀ ਸੁਣਵਾਈ ਕੀਤੀ ਜਾ, ਅਤੇ ਅੱਗੇ ਡੀ ਸੀ ਮੈਡਮ ਕੋਲ ਵੀ ਇਹ ਸੁਣਵਾਈ ਕੀਤੀ ਜਾ ਕਿ ਜਲਦ ਜਲਦ ਮਸਲਾ ਜੇ ਘਰ ਮੇਰਾ ਬਿਜਲੀ ਡਿਪਾਰਟਮੈਂਟ ਦਾ ਮਸਲਾ ਹੱਲ ਕੀਤਾ ਜਾ। ਥੈਂਕ ਯੂ, ਧੰਨਵਾਦ।